ਇਸ ਸਰਨੂਸੂਦ ਦੁਆਰਾ ਕਹਿਆ ਗਿਆ ਸੀ ਜੋ ਵੀ ਮੌਕਾ ਦੇ ਵਿਦਾਇਕ ਹੋਣਗੇ ਉਹ ਆਪ ਦਾ ਇੱਕ ਐਫੀਡਵਿਟ ਦੇਣਗੇ ਕਿ ਅਗਰ ਮੈਂ ਕੰਮ ਨਹੀਂ ਕੀਤੇ ਤਾਂ ਉਹਨਾਂ ਤੋਂ ਬਾਅਦ ਉਹ ਆਪ ਦਾ ਅਸਤੀਫਾ ਦੇਣਗੇ ਕਿ ਉਹਨੇ ਤੁਸੀਂ ਇਸ ਐਫੀਡਵਿਟ ਦੋਗੇ ਮਤਲਬ ਜੇ ਜੇ ਆਪਾਂ ਹੈਲਥ ਕੇਅਰ ਸਿਸਟਮ ਆਪਣੇ ਸ਼ਹਿਰ ਦੇ ਵਿੱਚ ਵਧੀਆ ਕਰ ਦਾਂਗੇ ਜਿਹੜੇ ਆਮ ਇਨਸਾਨ ਦੀ ਜਿਹੜੀ ਲਾਈਫ ਹੈ ਬਹੁਤ ਖਰਾਬ ਹੋਈ ਹੋਈ ਹੈ ਉਹ ਬਹੁਤ ਈਜ਼ੀ ਹੋ ਜਾਊਗੀ ਦੂਸਰਾ ਮੈਂ ਕਹੂੰਗੀ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਹੋਰ ਬੈਟਰ ਹੋਣਾ ਚਾਹੀਦਾ ਹੈ ਤੁਹਾਡੇ ਜਿਹੜੇ ਨਾਰਾਜ਼ ਜਿਵੇਂ ਪਹਿਲਾ ਵਿਧਾਇਕ ਹਰਜੋਤ ਕਮੇਟੀ ਸੀਗੇ ਜਾਂ ਉਹਨਾਂ ਦੇ ਸਮਰਥਕ ਸੀਗੇ ਕਾਫੀ ਨਾਰਾਜ਼ ਆ ਤੁਹਾਨੂੰ ਟਿਕਟ ਮਿਲਣ ਕਰ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਕਾਂਗਰਸ ਦੀ ਪਹਿਲੀ ਟੈ ਜਿਹੜੀ ਹੈਗੀ ਹੈ ਲਿਸਟ ਜਾਰੀ ਹੋਈ ਜਿਸ ਵਿੱਚ 86 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਮੋਗੇ ਦੇ ਮਾਲਵਿਕਾ ਸੂਤ ਦਾ ਨਾਮ ਦਿੱਤਾ ਗਿਆ ਹੈ ਅਸਨ ਦੇਖਣਾ ਹੋਵੇਗਾ ਕਿ ਮਾਲਵਿਕਾ ਸੂਤ ਜੋ ਕਿ ਸਮਾਜ ਸੇਵੀ ਵੀ ਹਨ ਅਤੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਆ ਇਹਨਾਂ ਨੂੰ ਕਾਂਗਰਸ ਪਾਰਟੀ ਜੋ ਟਿਕਟ ਮਿਲੀ ਹੈ ਇਹਨਾਂ ਵੱਲੋਂ ਕੀ ਵਾਦੇ ਲੈ ਕੇ ਚੱਲਦੇ ਹਨ ਕਿ ਜਿਹੜੇ ਕੰਮ ਕੀਤੇ ਜਾਣਗੇ ਜੇਕਰ ਉਹ ਵਿਧਾਇਕ ਬਣ ਜਾਂਦੇ ਹੈ ਤੇ ਇਹਨਾਂ ਦੇ ਜਿਹੜੇ ਕੰਮ ਹੈ ਉਹ ਕੀ ਕਰਨਗੇ ਤੇ ਕੀ ਮੁੱਦੇ ਲੈ ਕੇ ਜਾਂਦੇ ਨੇ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਲੋਕ ਚੈਨਲ ਦੇ ਵਿੱਚ ਜਿਹੜੇ ਤੁਹਾਡੀ ਮੁੱਦੇ ਕੀ ਲੈ ਕੇ ਚੱਲੇ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਆਨਰ ਟੈਪ ਇਲੈਕਸ਼ਨ ਹੋ ਰਹੇ ਨੇ ਥੈਂਕ ਯੂ ਸੋ ਮੱਚ ਜੀ ਪਹਿਲਾਂ ਤਾਂ ਔਰ ਮੈਂ ਕਹੂੰਗੀ ਕਿ ਮੁੱਦੇ ਮੈਂ ਉਹੀ ਲੈ ਕੇ ਚੱਲੂੰਗੀ ਜਿਹੜੇ ਹਰ ਇਨਸਾਨ ਦੀ ਆਮ ਜ਼ਿੰਦਗੀ ਨੂੰ ਇਫੈਕਟ ਕਰਦੇ ਹੈਗੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਹੈਲਥ케ਅਰ ਸਿਸਟਮ ਬਹੁਤ ਖਰਾਬ ਹੈਗਾ ਹੈ ਆ ਆਮ ਇਨਸਾਨ ਲਈ ਬਹੁਤ ਮੁਸ਼ਕਿਲ ਹੈ ਕਿ ਉਹ ਆਪਣਾ ਕਿਵੇਂ ਇਲਾਜ ਕਰਾਵੇ ਕਿਵੇਂ ਦਵਾਈਆਂ ਲਵੇ ਸਾਡੇ ਕੋਲ ਰੋਜ਼ ਕਿੰਨੇ ਲੋਕ ਆਉਂਦੇ ਜਿਹੜੇ ਦਵਾਈ ਨਹੀਂ ਲੈ ਪਾਉਂਦੇ ਕਿੰਨੇ ਲੋਕ ਐਸੇ ਜਿਹੜੇ ਡਾਇਲਿਸਿਸ ਨਹੀਂ ਕਰਵਾ ਪਾਉਂਦੇ ਮਤਲਬ ਜੇ ਆਪਾਂ ਹੈਲਥ케ਅਰ ਸਿਸਟਮ ਆਪਣੇ ਸ਼ਹਿਰ ਦੇ ਵਿੱਚ ਵਧੀਆ ਕਰ ਦਾਂਗੇ ਜਿਹੜੇ ਆਮ ਇਨਸਾਨ ਦੀ ਜਿਹੜੀ ਲਾਈਫ ਹੈ ਬਹੁਤ ਖਰਾਬ ਹੋਈ ਹੋਈ ਹੈ ਉਹ ਬਹੁਤ ਈਜ਼ੀ ਹੋ ਜਾਊਗੀ ਦੂਸਰਾ ਮੈਂ ਕਹੂੰਗੀ ਕਿ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਹੋਰ ਬੈਟਰ ਹੋਣਾ ਚਾਹੀਦਾ ਹੈ ਗਵਰਨਮੈਂਟ ਸਕੂਲਾਂ ਦੇ ਵਿੱਚ ਹਜੇ ਵੀ ਕਾਫੀ ਹੱਦ ਤੱਕ ਮੈਂ ਕਹੂੰਗੀ ਕੁਝ ਚੀਜ਼ਾਂ ਜਿਹੜੀਆਂ ਡਿਊ ਹੈਗੀਆਂ ਗੱਲ ਕਰਾਂਗੇ ਆ ਬੇਸਿਕ ਚੀਜ਼ ਹੈ ਦੇ ਸਕੂਲ ਦਸਵੀਂ ਤੱਕ ਤੇ 12ਵੀਂ ਲਈ ਉਹਨਾਂ ਨੂੰ ਦੂਸਰੇ ਸਕੂਲਾਂ ਦੇ ਵਿੱਚ ਜਾਣਾ ਪੈਂਦਾ ਹੈ ਅੱਧਾ-ਅੱਧਾ ਘੰਟਾ ਲੱਗ ਜਾਂਦਾ ਹੈ ਪਹੁੰਚਣ ਲਈ ਮਤਲਬ ਜੇ ਇੱਕ ਸਕੂਲ ਦੇ ਵਿੱਚ ਹੀ ਇੱਕ ਅੰਡਰ ਵਨ ਰੂਫ 12ਵੀਂ ਕਲਾਸ ਤੱਕ ਵੀ ਉਹਨਾਂ ਨੂੰ ਪੂਰੀ ਫੈਸਿਲਿਟੀਆਂ ਮਿਲਾਂਗੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ ਤੀਸਰਾ ਮੈਂ ਕਹੂੰਗੀ এমਪਲੋਇਮੈਂਟ ਫੈਕਟਰ ਜਿਹੜਾ ਬਹੁਤ ਲੇਡੀਜ਼ ਦੀ ਜਾਂ ਆਮ انسان ਦੀ ਜੇ ਉਹਨਾਂ ਨੂੰ ਜੌਬ ਮਿਲੂਗੀ ਤੇ ਬਹੁਤ ਈਜ਼ੀ ਹੋ ਜਾਊਗੀ ਲਾਈਫ ਆਮ انسان ਦੀ ਕਿਉਂਕਿ ਮੈਂ ਕਹਿੰਨੀ ਕਿ ਕਿਤੇ ਨਾ ਕਿਤੇ ਅਸ ਦੌਰ ਆ ਗਿਆ ਕਿ ਲੇਡੀਜ਼ ਵੀ ਜਿਹੜੀਆਂ ਹੈਗੀਆਂ ਚਾਹੁੰਦੀਆਂ ਹੈ ਕਿ ਅਸੀਂ ਨੌਕਰੀ ਕਰੀਏ ਤੇ ਜਦ ਨੌਕਰੀ ਉਹਨਾਂ ਨੂੰ ਮਿਲੂਗੀ ਮੋਗੇ ਸ਼ਹਿਰ ਦੇ ਵਿੱਚ ਬਹੁਤ ਮਨ ਲੱਗਦਾ ਕਿ ਲਾਈਫ ਈਜ਼ੀ ਹੋ ਜਾਊਗੀ ਤੁਸੀਂ ਸਿਹਤ ਦੀ ਗੱਲ ਕੀਤੀ ਹੈ ਆਪਣੇ ਮੋਗੇ ਦਾ ਜੇਕਰ ਸਰਕਾਰੀ ਹਸਪਤਾਲ ਦੇਖਿਆ ਹੋਵੇ ਉਹਦੇ ਕਾਫੀ ਕੰਪਲੇਂਟਸ ਵੀ ਗਈਆਂ ਉਹਨਾਂ ਦਾ ਐਮਰਜੈਂਸੀ ਵਾਰਡ ਆ ਜਾਂ ਜੱਚਾ ਬੱਚਾ ਭਾਗ ਚਲੋ ਜੱਚਾ ਬੱਚਾ ਭਾਗ ਤਾਂ ਨਵਾਂ ਬਣ ਗਿਆ ਪਰ ਐਮਰਜੈਂਸੀ ਵਾਰਡ ਦੇ ਇਹਨੇ ਹਾਲਾਤ ਮਾੜੇ ਆ ਕਿ ਉੱਥੇ لوکاں نو جانا بہت مشکل ਹੋਇਆ ਹੈ ਬਾਰੇ ਕੀ ਕਹਿਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਤਾਂ ਹੀ ਕਹਿਨੀ ਕਿ ਜਦ ਆਪਣਾ ਸਿਵਲ ਹਸਪਤਲ ਮੇਨ ਹਸਪਤਲ ਹੈ ਪੂਰੇ ਸ਼ਹਿਰ ਦਾ ਲੋਕ ਦੂਰ ਦੂਰੋਂ ਆਉਂਦੇ ਮੈਂ ਕਹਿਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਹਸਪਤਲ ਨੂੰ ਇਸ ਤਰ੍ਹਾਂ ਦਾ ਹਸਪਤਲ ਬਣਾਵਾਂਗੇ ਕਿ ਲੋਕਾਂ ਦੇ ਮਾਈਂਡ 'ਚ ਜੋ ਇਮੇਜ ਹੈਗੀ ਹੈ ਹਸਪਤਲ ਨੂੰ ਲੈ ਕੇ ਉਹ ਬਹੁਤ ਸਾਫ਼ ਹੋ ਜਾਊਗੀ ਔਰ ਸਾਰੀ ਫੈਸਿਲਿਟੀਆਂ ਅਸੀਂ ਸਿਵਲ ਹਸਪਤਲ ਦੇ ਵਿੱਚ ਆਉਣ ਵਾਲੇ ਸਮੇਂ ਜ਼ਰੂਰ ਲਾਵਾਂਗੇ ਜਿਹੜੇ ਤੁਸੀਂ ਮਹਿਲਾਵਾਂ ਦੀ ਨੌਕਰੀ ਦੀ ਗੱਲ ਕੀਤੀ ਹੈ ਨੌਕਰੀਆਂ ਕਿਵੇਂ ਦਿੱਤੀਆਂ ਜਾਣਗੇ ਤੁਹਾਡੇ ਵੱਲ ਹੋਣਗੀਆਂ ਜਾਂ ਸਰਕਾਰ ਵੱਲੋਂ ਕਰਵਾਈ ਜਾਣਗੀਆਂ ਦੇਖੋ ਜੇ ਮੈਂ ਕਹਿੰਨੀ ਕਿ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਇੱਥੇ ਇੰਡਸਟਰੀਜ਼ ਲੈ ਕੇ ਆਈਏ ਤਾਂ ਕਿ ਜਦ ਇੰਡਸਟਰੀਜ਼ ਆਵਾਂਗੇ ਜੇ ਮਹਿਲਾਵਾਂ ਨੌਕਰੀ ਕਰਨਾ ਚਾਹਾਂਗੇ ਤਾਂ ਜ਼ਰੂਰ ਕਰਾਂਗੇ ਔਰ ਅੱਜਕੱਲ ਦੌਰ ਐਸਾ ਹੈ ਕਿ ਕੋਈ ਵੀ ਲੇਡੀ ਹੈਗੀ ਇਹ ਕਰੇ ਨਹੀਂ ਬੈਠਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਕਿਤੇ ਨਾ ਕਿਤੇ ਉਹ ਜੌਬ ਕਰੇ ਜਦ ਆਪ ਜੌਬ ਕਰੂਗੀ ਔਰ ਉਹਨੂੰ ਜ਼ਰੂਰਤ ਹੀ ਨਹੀਂ ਪਊਗੀ ਕਿ ਉਹ ਕਿਸੇ ਵੀ ਪਾਰਟੀ ਵੱਲ ਡਿਪੈਂਡ ਕਰਨ ਕਿ ਉਹਨਾਂ ਨੂੰ ਮਹੀਨੇ ਬਾਅਦ ਐਨੇ ਮਿਲਾਂਗੇ ਮਨ ਲੱਗਦਾ ਕਿ ਜਦ ਆਪਣੇ ਪੈਰਾਂ ਤੇ ਆਪ ਲੇਡੀ ਖੜੀ ਹੋ ਜੂਗੀ ਤਾਂ ਲਾਈਫ ਜਿਹੜੀ ਉਹ ਲੇਡੀ ਦੀ ਵੀ ਕਮਾਲ ਦੀ ਹੋ ਜਾਏਗੀ ਤੁਸੀਂ ਰਾਜਨੀਤੀ ਵਿੱਚ ਆਏ ਹੋ ਤੁਸੀਂ ਹੁਣ ਕੀ ਮੁੱਦਾ ਲੈ ਕੇ ਚੱਲਦੇ ਹੋ ਸੇਵਾ ਭਾਵਨਾ ਕਰੋਗੇ ਜਾਂ ਰਾਜਨੀਤੀ ਦੇ ਤੌਰ ਤੇ ਜਿਵੇਂ ਦੂਜੇ ਰਾਜਨੀਤੀਵਾਦੀ ਕੀਤੇ ਹੈਗੇ ਉਹ ਕੀਤੇ ਜਾਂਦੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਅਸੀਂ ਫਸ ਦੇ ਵੀ ਜੁਆਇਨ ਕੀਤੀ ਸੀਗੀ ਪੋਲਿਟਿਕਸ ਅਸੀਂ ਇਹੀ ਕਿਹਾ ਸੀਗਾ ਕਿ ਅਸੀਂ ਰਾਜਨੀਤੀ ਸੇਵਾ ਨੀਤੀ ਵਾਂਗੂ ਕਰਾਂਗੇ ਅਸੀਂ ਜਿਹੜੀ ਪੋਲਿਟਿਕਸ ਕਹਿੰਦੇ ਡਰਟੀ ਗੇਮ ਹੈ ਇਹ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੇਂਜ ਕਰ ਦਈਏ ਇਮੇਜ ਜਿਹੜੀ ਲੋਕਾਂ ਦੇ ਮਾਈਂਡ ਦੇ ਵਿੱਚ ਹੈ ਕਿ ਜਿਹੜੀ ਇਟਸ ਅ ਡਰਟੀ ਗੇਮ ਅਸੀਂ ਇਹਨੂੰ ਸੇਵਾ ਨੀਤੀ ਲੈ ਕੇ ਚੱਲਾਂਗੇ ਤਾਂਕਿ ਜਿਹੜੇ ਆਮ ਇਨਸਾਨ ਹੈ ਉਹਨਾਂ ਦੀ ਜੋ ਸੋਚ ਉਹ ਜਲਦੀ ਚੇਂਜ ਹੋ ਜਾਈ ਤੁਹਾਡੇ ਜਿਹੜੇ ਨਾਲ ਜਿਵੇਂ ਪਹਿਲਾ ਵਿਧਾਇਕ ਹਰਜੋਤ ਕਮੇਟੀ ਸੀਗੇ ਜਾਂ ਉਹਨਾਂ ਦੇ ਸਮਰਥਕ ਸੀਗੇ ਕਾਫੀ ਨਾਰਾਜ਼ ਆ ਤੁਹਾਨੂੰ ਟਿਕਟ ਮਿਲਣ ਕਾਰਨ ਉਹਨਾਂ ਨਾਲ ਤੁਸੀਂ ਕਿਵੇਂ ਹੁਣ ਗੱਲ ਕਰ ਰਹੇ ਹੋ ਉਹ ਸਾਰੇ ਵਰਕਰਸ ਦੇਖੋ ਕਾਂਗਰਸ ਪਾਰਟੀ ਦੇ ਨਾਲ ਸੀਗੇ ਔਰ ਹਰਜੋਤ ਕਮਲ ਜੀ ਨੇ ਜਦ ਪਾਰਟੀ ਚੇਂਜ ਕਰ ਲਈ ਲੱਗਦਾ ਮੈਨੂੰ ਲੱਗਾ ਕਿ ਉਹ ਵੀ ਕਿਸੇ ਨਾ ਕਿਸੇ ਨਰਾਜ਼ ਹੈ ਉਹਨਾਂ ਤੋਂ ਕਿ ਉਹਨਾਂ ਨੇ ਕਿਉਂ ਪਾਰਟੀ ਛੱਡੀ ਕਿਉਂਕਿ ਪਾਰਟੀ ਦੇ ਨਾਲ ਹੀ ਹਰ ਇੱਕ ਇਨਸਾਨ ਦਾ ਇੱਕ ਵਜੂਦ ਹੁੰਦਾ ਹੈ ਪਾਰਟੀ ਛੱਡਦੀ ਤੇ ਉਹ ਜਿਹੜੇ ਵਰਕਰਸ ਹੈਗੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਫੈਮਲੀ ਨਹੀਂ ਹੈ ਤੇ ਔਰ ਮੈਂ ਕਾਂਗਰਸ ਫੈਮਲੀ ਨਹੀਂ ਹੈ ਤੇ ਮੇਰੇ ਨਾਲ ਹੀ ਚੱਲਣਗੇ ਜੀ ਤੁਸੀਂ ਕਹਿਆ ਸੀਗੇ ਵੀ ਹਰਜੋਤ ਕਮਲ ਜੀ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨਾਲ ਬਿਲਕੁਲ ਉਹਨਾਂ ਨੂੰ ਫੋਨ ਵੀ ਕੀਤਾ ਸੀਗਾ ਬ੍ਰਦਰ ਨੇ ਕਿ ਆਈਏ ਆਪਾਂ ਚਾਹ ਪੀਏ ਲੇਕਿਨ ਨਮਨੁ ਲਾਦਾ ਕਿ ਬਿਜ਼ੀ ਹੋਵਾਂਗੇ ਉਹਨਾਂ ਦਾ ਸਕੇਡਿਊਲ ਬਿਜ਼ੀ ਹੋਗਾ ਇਸ ਲਈ ਆ ਨਹੀਂ ਪਾਈ ਲੇਕਿਨ ਚਾਹ ਹਜੇ ਵੀ ਸਾਡੀ ਉਵੇਂ ਪਈਏ ਜ਼ਰੂਰ ਆਨ ਔਰ ਚਾਹ ਅਸੀਂ ਜ਼ਰੂਰ ਦੁਆਰ ਤੋਂ ਪੀਏਗੇ ਹੁਣ ਪੰਜਾਬ ਦੇ ਵਿੱਚ 6-7 ਪਾਰਟੀਆਂ ਨਵੀਆਂ ਵੀ ਹੋ ਗਈਆਂ ਟੋਟਲ 6-7 ਪਾਰਟੀਆਂ ਹੈਗੀਆਂ ਕੀ ਲੱਗਦਾ ਹੈਗਾ ਵੀ ਆਪਣੀ ਕਾਂਗਰਸ ਪਾਰਟੀ ਨੂੰ ਕਿੰਨੀ ਕੀ ਲੀਡ ਮਿਲ ਸਕਦੀ ਹੈ ਔਰ ਪਾਰਟੀਆਂ ਦਾ ਜਿਹੜਾ ਕੀ ਅਪਰਡ ਦਾ ਨੁਕਸਾਨ ਹੋ ਸਕਦਾ ਹੈ ਕਾਂਗਰਸ ਪਾਰਟੀ ਨੂੰ ਬਿਲਕੁਲ ਸਹੀ ਹੈ ਇਤਕੇ ਰਿਹੜੇ ਇਲੈਕਸ਼ਨਸ ਆ ਈਜ਼ੀ ਇਲੈਕਸ਼ਨਸ ਨਹੀਂ ਹੈ ਇਹ ਖਿਛੜੀ ਬਣ ਗਈ ਕਿਉਂਕਿ ਬਹੁਤ ਸਾਰੀ ਪਾਰਟੀਆਂ ਆ ਗਈਆਂ ਇਤਹੀ ਵਾਰੀ ਜਿਹੜਾ ਲੇਕਿਨ ਮੈਂ ਕਹੂੰਗੀ ਕਿ ਜਿਹਨੇ ਪਾਰਟੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਵੋਟਰ ਜਿਹੜਾ ਹੈਗਾ ਬੜਾ ਸਮਝਦਾਰ ਹੈ ਵੋਟਰ ਜਿਹੜਾ ਹੈਗਾ ਇਹ ਇਨਸਾਨ ਨੂੰ ਦੇਖ ਕੇ ਵੋਟ ਪਾਊਗਾ ਤੁਸੀਂ ਮਹਿਲਾਵਾਂ ਲਈ ਕੀ ਕਰਨਾ ਚਾਹੋਗੇ ਮੈਂ ਉਹੀ ਕਹੂੰਗੀ ਕਿ ਮਹਿਲਾਵਾਂ ਲਈ ਮੈਂ এমਪਲॉयਮੈਂਟ ਜ਼ਰੂਰ ਲੈ ਕੇ ਆਉਂਗੀ ਕਿਉਂਕਿ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਪਾਰਟੀਸ਼ਣ ਮਹੀਨੇ ਬਾਅਦ ਐਨੇ ਪੈਸੇ ਦੇਊਗੀ ਜਾਂ ਲੇਡੀ ਆਪਣੇ ਪੈਰਾਂ ਤੇ ਆਪ ਖੜੂਗੀ ਆਪ ਨੌਕਰੀ ਕਰੂਗੀ ਤਾਂ ਜਦੋਂ ਨੌਕਰੀ ਕਰੂਗੀ ਤਾਂ ਹੀ ਤਾਂ ਸਕਸੈਸਫੁਲ ਹੋਊਗੀ ਲਾਈਫ ਔਰ ਮਨ ਲੱਗਦਾ ਕਿ ਸਮਾਂ ਆ ਗਿਆ ਹੈ ਕਿ ਹਰ ਇੱਕ ਲੇਡੀ ਜਿਹੜੀ ਹੈਗੀ ਹੈ ਉਹ ਆਪਣੇ ਪੈਰਾਂ ਤੇ ਆਪ ਖੜੇ ਹੋ ਤਾਂ ਹੀ ਪੋਸੀਬਲ ਹੋਊਗਾ ਜਦ ਆਪਾਂ ਬਦਲਾਵ ਲੈ ਕੇ ਆਈਏ ਇੱਕ ਉਹਦੇ ਪਿੱਛੇ ਇਹ ਸੋਨੂ ਸੁਦ ਦੁਆਰਾ ਕਿਹਾ ਗਿਆ ਸੀ ਜੋ ਵੀ ਮੋਗਾ ਦੇ ਵਿਦਾਇਕ ਹੋਣਗੇ ਉਹ ਆਪਦਾ ਇੱਕ ਐਫੀਡੇਵਿਟ ਦੇਣਗੇ ਕਿ ਅਗਰ ਮੈਂ ਕੰਮ ਨਹੀਂ ਕੀਤੇ ਤਾਂ ਉਹਨਾਂ ਤੋਂ ਬਾਅਦ ਉਹ ਆਪਦਾ ਅਸਤੀਫਾ ਦੇਣਗੇ ਕਿ ਉਹਨੇ ਤੁਸੀਂ ਇਸ ਐਫੀਡੇਵਿਟ ਦੋਗੇ ਬਿਲਕੁਲ ਮੈਂ ਦਵਾਂਗੀ ਜਿਸ ਦਿਨ ਰੱਬ ਨੇ ਜਦ ਇਹ ਤਾਸਿਰ ਤੇ ਪਾਇਆ ਮੇਰਾ ਐਫੀਡੇਵਿਟ ਬਿਲਕੁਲ ਸਾਹਮਣੇ ਹੋਊਗਾ ਤੁਹਾਡੇ ਸਾਰਿਆਂ ਦੇ ਔਰ ਆਪਾਂ ਸਾਰੇ ਅੱਜ ਫਿਰ ਉਸ ਦਿਨ ਇਕੱਠੇ ਹੋਗੇ ਤੁਹਾਨੂੰ ਮੈਂ ਦਿਖਾਵਾਂਗੀ ਥੈਂਕ ਯੂ ਇਜ਼ਨ ਮਾਲਵਿਕਾ ਸੁਦ ਜੀ ਜੋ ਕਿ ਕਹਿ ਰਹੇ ਨੇ ਵੀ ਜੋ ਉਹਨਾਂ ਨੇ ਕੰਮ ਕੀਤੇ ਆ ਸਮਾਜ ਸੇਵੀ ਤੌਰ ਤੇ ਕੀਤੇ ਆ ਅੱਗੇ ਵੀ ਸਮਾਜ ਸੇਵੀ ਤੌਰ ਤੇ ਹੀ ਕਰਨਗੇ ਜੋ ਐਫੀਡੇਵਿਡ ਦੀ ਗੱਲ ਕੀਤੀ ਸੀ ਐਫੀਡੇਵਿਡ ਵੀ ਉਹ ਜਿਹੜੇ ਹੈਗੇ ਆ ਆਪਣਾ ਜੋ ਦੇਣਗੇ ਅਗਰ ਉਹਨਾਂ ਕੰਮ ਨਹੀਂ ਕੀਤੇ ਤਾਂ ਅਸਤੀਫਾ ਵੀ ਨਾਲ ਦੇਣਗੇ ਇਹ ਆਪਣਾ ਕਰਨਗੇ ਮੋਗਾ ਤੋਂ ਕੈਮਰਾਮੈਨ ਕੇਵਲ ਸਿੰਘ ਕਰਦੂ ਦਿਨ ਅਸੀਵ ਕੁਮਾਰ ਅਰੋੜਾ ਪੰਜਾਬੀ ਲੋਕ ਚੈਨਲ